अस्सलाम वालेकुम। वालेकुम सलाम। लो दोस्तों, मैं इशराक अली रहमानी ते फरियाद महमूद नवी वीडियो लेके सजना दे दोस्तों दे सामने आ। हां जी, मजाया लतीफे। मजाया लतीफे गल ए की भी तुम मैं लतीफा सुनावा। हां जी, ओ को पिंड सी ते पिंड दे विच को चौधरी सी चंगा। अच्छा, ते वावा चंगा मोटा ताजे संभ्या चौधरी पूजदा सरदा सी। हां जी, ते ओने ले लिया मोटरसाइकिल। अच्छा, ਜਦ ਮੋਟਰਸਾਈਕਲ ਲੈ ਲਿਆ ਤੇ ਹੁਣ ਪਿੰਡ ਦੇ ਵਿੱਚ ਇੱਕ ਮਿਰਾਸੀ ਰਹਿੰਦਾ ਸੀ। ਹਾਂਜੀ, ਹੁਣ ਮਿਰਾਸੀ ਜਿਹੜਾ ਵੇਖੇ ਨਾ ਆਉਂਦਾ ਆਖੇ ਵੀ ਆ ਮੋਟਰਸਾਈਕਲ ਕਿੱਡਾ ਸੋਹਣਾ ਹੈ। ਹਾਂ, ਇਹਨੂੰ ਤੇ ਝੂਟਾ ਲਾਉਣ ਵਾਲਾ ਹੈ। ਫਿਰ ਪਤਾ ਵੀ ਮਿਰਾਸੀ ਮੁੜ ਜਿਹੜੇ ਨੇ ਅੱਲਾ ਦੀ ਉਹਨਾਂ ਨੂੰ ਤਾਦਰੁਸੀ ਦਿੱਤੀ ਰੱਖੇ ਮਿਰਾਸੀ ਮਾ ਚੱਲ ਚੰਗੇ ਹੁੰਦੇ ਨੇ। ਹਾਂਜੀ, ਉਹ ਜਿਹੜਾ ਮਿਰਾਸੀ ਸੀ ਨਾ ਉਹਨੇ ਇੱਕ ਦਿਨ ਉਹਨੂੰ ਆਖਿਆ ਚੌਧਰੀ ਨੂੰ। ਅੱਛਾ, ਚੌਧਰੀ ਯਾਰ ਮੈਨੂੰ ਇੱਕ ਵਾਰ ਝੂਟਾ ਦਵਾਵੇ ਤਾਂ ਗੱਲ ਬਣਦੀ ਹੈ, ਮੇਰੀ ਬਈ ਨਹੀਂ ਰਹਿ ਆਉਂਦੀ। ਮੈਂ ਝੂਟਾ ਲਾਜ਼ਮੀ ਲੈ। ਉਹ ਹੈਗਾ ਮੇਰਾ ਸੀ ਸੀ। ਹਾਂਜੀ, ਤੇ ਕੋਈ ਵਾਖੇ ਮੈਨੂੰ ਝੂਟਾ ਦਵਾ। ਅੱਛਾ, ਇੱਕ ਦਿਨ ਜਿਹੜਾ ਮੇਰੇ ਸ਼ਹਿਰ ਮਾਂ। ਹਾਂਜੀ, ਉਹਨੇ ਦੂਸਰਾ ਇੱਕ ਦਿਨ ਸ਼ਹਿਰ ਨੂੰ ਜਾਣਾ ਚੌਧਰੀ ਨੇ। ਅੱਛਾ, ਮੋਟਰਸਾਈਕਲ ਤੇ ਸਕੂਟਰ ਤੇ। ਹਾਂਜੀ, ਉਹਨੇ ਆਖਿਆ ਦਾਦਾ ਜੀ ਮੇਰੇ ਬਾਦਸ਼ਾਹ। ਅੱਛਾ, ਆ ਮੁੜ ਬਾਜਿਆ ਮੈਂ ਸ਼ਹਿਰ ਚੱਲਿਆ ਤੇ ਆ ਮੁੜ ਤੈਨੂੰ ਝੂਟਾ ਲਿਆ, ਝੂਟਾ ਦਵਾ ਲਿਆ। ਦਵਾ ਲਿਆ। ਅੱਛਾ, ਲੋ ਜੀ ਮੇਰਾ ਸੀ ਜਿਹੜਾ ਸੀ ਫਟਾਫਟ ਜਨਾਬ ਲਿਓ, ਉਹ ਤਾਂ ਠੰਡਾ ਪਾਣੀ ਆ ਗਿਆ। ਤੁਹਾਨੂੰ ਪਤਾ ਵੀ ਸਿਆਲ ਮਾਂ ਆ ਗਿਆ ਪਾਣੀ ਠੰਡਾ ਆ ਗਿਆ ਮਰਾਸੀ। ਹਾਂਜੀ, ਮਰਾਸੀ ਦਾ ਠੰਡੇ ਪਾਣੀ ਦਾ ਤਾਂ ਜੋੜੀ ਕੋਲ ਨਾ ਹੈਗਾ। ਹਾਂਜੀ, ਨਹੀਂ ਉਹ ਸਕੂਟਰ ਦਾ ਚਾਹ। ਹਾਂ, ਸਕੂਟਰ ਦੇ ਚਾਹ ਦਾ ਜਨਾਬ ਲਿਓ ਠੰਡੇ ਪਾਣੀ ਦਾ ਤਾਂ ਆ ਗਿਆ ਲਿਓ ਚੰਗਾ ਭਰ ਲਿਆ ਤੇ ਘਰ ਨਾਲ ਉੱਤੇ ਵਾਇਆ ਆਪਦੇ। ਅੱਛਾ, ਠੰਡਾ ਠੰਡਾ ਪਾਣੀ ਚ ਠਰ ਗਿਆ ਬੰਦਾ। ਹਾਂਜੀ, ਮਰਾਸੀ ਠਰ ਗਿਆ, ਮਰਾਸੀ ਭਿੱਜ ਗਿਆ ਗਿਆ ਤੇ ਕਾਗਜ਼ ਭਿੱਜ ਗਿਆ। ਕੰਮ ਦਾ ਬਾਹਰ ਨਿਕਲਿਆ। ਅੱਛਾ, ਨਾਲੇ ਉਹ ਚਾਹ ਸੀ ਉਹਨੂੰ ਸਾਈਕਲ ਮੋਟਰ ਦੇ ਝੂਟੇ ਦਾ ਝੂਟੇ ਦਾ। ਜਦੋਂ ਬਾਹਰ ਨੂੰ ਨਿਕਲਿਆ ਤੇ ਚੌਧਰੀ ਜਿਹੜਾ ਤੈਨੂੰ ਵੇਖਣ ਲੱਗਾ, ਦਾਦਾ ਕੀ ਹੋਇਆ ਕੰਮ ਦਾ ਹੋਣਾ। ਉਹਨੇ ਆਖਿਆ ਮੇਰੇ ਬਾਦਸ਼ਾਹ ਮੈਂ ਦੂਸਰਾ ਮਤਲਬ ਗਏ ਨਾਤਾ ਮੈਂ ਆਖਿਆ ਬਾਈ ਨਾ ਦੋ ਕੇ ਜਾਣੇ ਸ਼ਹਿਰ ਨੂੰ ਜਾਣਾ। ਹਾਂਜੀ, ਤੇ ਉਹਨੇ ਚਲੋ ਠੀਕ ਬਹਿ ਜਾ ਬਹਿ ਮਗਰ ਮੋਟਰਸਾਈਕਲ ਮਗਰ ਬਹਿ ਗਿਆ ਚੌਧਰੀ ਰੁੜ ਕੇ ਇੱਕ ਮਾਰੀ। ਅੱਛਾ, ਜਿਹੜੇ ਟੋਰ ਲੈ ਕੇ ਮੋਟਰਸਾਈਕਲ ਕੋਈ ਪਾਲਾ ਸੀ ਕੋਈ ਦਾਦਾ ਉਹ ਜੀ ਨਾਤਾ ਆਇਆ। ਹਾਂਜੀ, ਕੋਈ ਅੱਗੋ ਪਵੇ ਜਿਹੜੇ ਹਵਾ ਤੁਹਾਨੂੰ ਪਤਾ ਚੰਗੀ ਵਾਰੀ ਮੋਟਰ ਤੇ ਪੈਂਦੀ ਹੈ ਮੋਟਰਸਾਈਕਲ ਤੇ। ਹਾਂਜੀ, ਜਦ ਸਾਹਮਣੇ ਅੱਗੋ ਪਈ ਨਾ ਆਵਾਜ਼ ਦਾਦਾ ਤੇ ਦੰਦ ਤੇ ਦੰਦ ਪਾ ਵੱਜੇ। ਅੱਛਾ, ਇੱਕ ਕੰਬੀਆ ਕੰਬੀਆ ਨਾਲ ਦੰਦ। ਉਹਨੇ ਆਖਿਆ ਕੀ ਹੋਇਆ ਦਾਦਾ ਕੀ ਹੋਇਆ। ਹਾਂਜੀ, ਗੱਲਾਂ ਦੀ ਮਾਨ ਮੈਂ ਮਰ ਗਿਆ ਪਾਲੇ ਨਾਲ ਤਾਂ ਤੇ। ਹਾਂ, ਜਿਵੇਂ ਜਾਣਦਾ ਮੋਤੀਆਂ ਦਾ ਕੋਟ ਲਾ ਕੇ ਮੇਰੇ ਗਲ ਦੱਤ। ਅੱਛਾ, ਜਿਵੇਂ ਮੈਂ ਮਰਦਾ ਪੀ। ਲੋ ਜੀ, ਉਹਨੇ ਹੁਣ ਕੀ ਕੰਮ ਕੀਤਾ ਜਿਹੜਾ ਚੌਧਰੀ ਸੀ ਨਾ। ਹਾਂਜੀ, ਉਹਨੇ ਕੋਟ ਆਪਦੇ ਕੋਲੋਂ ਲਾਇਆ ਤੇ ਦਾਦੇ ਦੇ ਗਲ ਕਰ ਦਿੱਤਾ। ਅੱਛਾ, ਦਾਦਾ ਤੇ ਜਿਹੜਾ ਸੀ ਉਹਨੇ ਕੋਟ ਪਾ ਲਿਆ, ਜਿਹਨੇ ਫਿਰ ਮੋਟਰਸਾਈਕਲ ਚੱਲਿਆ ਤੇ ਫਿਰ ਦਾਦਾ ਕੰਬੀ ਜਾਏ। ਹਾਂਜੀ, ਉਹਨੇ ਆਖਿਆ ਦਾਦਾ ਤੈਨੂੰ ਹੁਣ ਕੀ ਬਣਿਆ। ਉਹਨੇ ਆਖਿਆ ਬਣਨਾ ਕੀ, ਇਹਨਾਂ ਦੀ ਮਾਂ ਆਗੂ ਸਾਹਮਣੇ ਜਿਹੜੇ ਬਟਨ ਨੇ ਨਾ। ਹਾਂਜੀ, ਖੁੱਲੇ ਨੇ ਤੇ ਮੈਨੂੰ ਆਉਂਦਾ ਦੂਸਰਾ ਇਹ ਤੋਂ ਵਾਪ ਆਉਂਦੀ ਹੈ ਤੇ ਪਾਲਾ ਲੱਗਦਾ ਤੇ ਇਹਨੇ ਕਰ ਵੀ ਉਲਟੀ ਨੀ ਕਰ ਦੇਣਾ ਹੈ ਅਗਲਾ ਦਾ। ਅੱਛਾ, ਨਕਲਾ ਗਿਆ। ਚਲੋ ਜੀ, ਉਹਨੇ ਫਟਾਫਟ ਮੋਟਰਸਾਈਕਲ ਡੱਕਿਆ, ਕੋਟ ਲਾ ਕੇ ਪੁੱਠੇ ਦਾ ਕਰ ਦਿੱਤਾ, ਬਾਹਰ ਪਾਗਣਾ ਇਹ ਕਰਕੇ। ਹਾਂਜੀ, ਚੁੱਪੀ ਲਗਾ ਇਹ ਅੱਗੇ ਨੇ ਕੀਤਾ। ਅੱਛਾ, ਪਿਛਾ ਨੂੰ ਤੇ ਪਿੱਛੋਂ ਨੂੰ ਕਬੀੜੇ ਮੇਰ ਮਾਰ ਮੂਰ ਦਿੱਤੇ। ਹਾਂਜੀ, ਉਹ ਜੋ ਮੋਟਰਸਾਈਕਲ ਭਜਾਈ ਲਈ ਜਾਂਦਾ ਜੋ ਵੱਜਾ ਇੱਕ ਵਾਰੀ ਜੰਮ ਤੇ ਦਾਦਾ ਉੱਡ ਕੇ ਪਾਉਣ। ਅੱਛਾ, ਮੋਟਰਸਾਈਕਲ ਹੈਗਾ ਭਜਿਆ ਜਾ। ਹਾਂਜੀ, ਦਾਦਾ ਉੱਥੇ ਪਿਆ ਆ ਠਰਿਆ ਪਾਲੇ ਦਾ ਦਿਆ, ਬੋਲ ਵੀ ਨਾ ਸਕਿਆ ਮੈਨੂੰ ਲਈ ਜਾ ਪਿਆ ਹਟ ਕੇ। ਹਾਂਜੀ, ਉਹ ਜਿਹੜੇ ਮੋਟਰਸਾਈਕਲ ਹੈਗਾ ਨਿਕਲ ਗਿਆ ਤੇ ਪਿੱਛੋਂ ਬੰਦੇ ਕੋ ਚਾਰ ਦੂਰ ਖੜੇ ਵੇਹਰੇ ਪਏ ਸਨ। ਹਾਂਜੀ, ਉਹਨਾਂ ਜੀ ਨਿਗਾਹ ਵਜੋਂ ਨਾਲ ਵੀ ਉਹ ਜਿਹੜਾ ਮੋਟਰਸਾਈਕਲ ਵਾਲਾ ਲੰਦੀਆ ਕੱਚ ਦੀ ਕੱਚ, ਉਹਨੂੰ ਇੰਨੀ ਹੋਈ ਕੋਈ ਬੰਦਾ ਵੀ ਕਿਤੇ ਕੱਟੜੇ ਛੱਟ ਗਿਆ ਦਾ ਬੁੱਕ ਲੈ ਕੇ ਭੱਜ ਕੇ ਗਏ। ਹਾਂਜੀ, ਜਿਹੜੇ ਇੱਕ ਦੋ ਬੰਦੇ ਗਏ ਨਾ ਭੱਜ ਕੇ। ਹਾਂਜੀ, ਉਹਨਾਂ ਜੀ ਜਾ ਕੇ ਵੇਖਿਆ ਕੀ ਤੇ ਉਹ ਜਿਦਲੇ ਪਾਸੇ ਉਹ ਕੋਟ ਤਾਂ ਪਾਇਆ ਸੀ ਪੁੱਠਾ। ਹਾਂਜੀ, ਉਹ ਜੇ ਕੋਟ ਨੂੰ ਕਰਨ ਸਿੱਧਾ ਤੇ ਮੂੰਹ ਹੋ ਜਾਵੇ ਥੱਲੇ ਵਾਲੇ ਪਾਸੇ। ਅੱਛਾ, ਤੇ ਜੇ ਮੂੰਹ ਵਾਲੇ ਪਾਸੋਂ ਕਰਨ ਦੇ ਦੂਜਾ ਪਾਸਾ ਹੋ ਜਾਵੇ। ਹਾਂਜੀ, ਉਹਨਾਂ ਖਾਲਾ ਵੀ ਬੰਦਾ ਡਿੱਗਾ ਤੇ ਨਹੀਂ ਧੌਣ ਗਈ ਟੁੱਟ, ਮਣਕਾ ਟੁੱਟ ਗਿਆ ਧੌਣ ਫਿਰ ਗਈ ਤੇ ਮੂੰਹ ਪੀਲੇ ਪਾਸੇ ਹੋ ਗਿਆ। ਹਾਂਜੀ, ਉਹਨਾਂ ਰੋਲਾ ਪਾ ਦਿੱਤਾ, ਬੰਦੇ ਚਾਰ ਹੋਰ ਇਕੱਠੇ ਹੋ ਗਏ। ਹਾਂਜੀ, ਹੁਣ ਇਸ ਦਵੇੜੇ ਚ ਉਹ ਮੇਰੀ ਠਰਿਆ ਪਿਆ ਸੀ ਬੋਲਿਆ ਉਹਦੇ ਕੋਲ ਨਾ ਜਾਏ। ਹਾਂਜੀ, ਉਹਨੇ ਜੇ ਚੌਧਰੀ ਪਿੱਛੋਂ ਆਇਆ ਨਾ ਜੇ ਹਟ ਕੇ ਵਾਪਸ। ਅੱਛਾ, ਉਹਨਾਂ ਆਖਿਆ ਅੱਲਾ ਦੇ ਬੰਦਿਆ ਤੂੰ ਕੋਲੋਂ ਚੋਂ ਲੰਘ ਗਿਆ ਤੇ ਧੀ ਆ ਤੈਨੂੰ ਪਤਾ ਇੰਨਾ ਹੀ ਕਹਿ ਨਹੀਂ ਹੈਗਾ, ਬੰਦਾ ਤੇਰੇ ਮਗਰੋਂ ਡਾਇਆ ਪਿਆ ਥੱਲੇ ਮੇਰੀ ਤੁਹਾਨੂੰ ਪਤਾ ਹੀ ਕਹਿ ਨੀ ਇਹ ਮੇਰਾ ਸੀ। ਅੱਛਾ,
ਮੇਰਾ ਸੀ ਹੈ ਅੱਛਾ ਕੋਟ ਬੂਟਾ ਕੱਟਿਆ ਤਾਂ ਤੁਹਾਨੂੰ ਤਾਂ ਤੁਹਾਨੂੰ ਲੋਕ ਬੰਦਾ ਵੀ ਮਣਕਾ ਦਾ ਟੁੱਟਿਆ ਪਿਆ ਇਹ ਕੋਟ ਦਾ ਪਗਲਾ ਦਾ ਪਿੱਛੇ ਪੀਲਾ ਦਾ ਆ ਗਿਆ ਉਹ ਇਹ ਗੱਲ ਸੀ ਅੱਜ ਚੀਜ਼ ਦੀ ਬੇਸ਼ਕ ਤਰ੍ਹਾਂ ਹੋਰ ਇੱਕ ਲਤੀਫਾ ਹੈ ਹਾਂਜੀ ਉਹ ਨਸ਼ਈ ਸਾਨ ਕੋ ਦੋ ਤਰਾਏ ਅੱਛਾ ਤੇ ਉਹਨਾਂ ਇੱਕ ਦਿਨ ਸੋਚਿਆ ਉਹਨਾਂ ਦਾ ਯਾਰ ਡਾਕੇ ਬੜੇ ਮਾਰਦੇ ਨੇ ਲੋਕੀ ਹਾਂਜੀ ਤੇ ਇੱਕ ਦਿਨ ਸਲਾਹ ਕਰਨ ਬਾਬਾ ਜੀ ਆਪਾਂ ਵੀ ਗੰਨੇ ਪਾਨ ਜਿੰਨੇ ਬੰਦੇ ਸਾਰੇ ਸਾਰੇ ਗੰਨੇ ਪਾਨ ਲਿਆ ਹਾਂਜੀ ਹਾਂਜੀ ਉਹਨਾਂ ਨੇ ਉੱਤੇ ਵਲੇਟ ਕੇ ਨਾ ਗੁੱਸਾ ਫਿਰ ਹੋਵੇ ਅੱਛਾ ਤੂੰ ਕੰਡ ਦੇ ਪੀਲੇ ਪਾਸੋਂ ਸਿੱਧੇ ਉਹਨਾਂ ਨੂੰ ਖੜੇ ਕਰ ਲੈ ਉਹ ਬਣਾ ਲਿਆ ਬੰਦੂਕਾਂ ਠੀਕ ਤੂੰ ਛੱਡ ਤੇ ਆਗ ਦੇ ਖਲੋ ਰਹਿ ਅੱਛਾ ਜਿਹੜੀ ਸ਼ਲਕ ਸੀ ਨਾ ਇੱਥੋਂ ਉਹ ਸੁੱਕੀ ਜਾਂਦੀ ਨਹੀਂ ਸੁੱਕੀ ਨਹੀਂ ਜਾਂਦੀ ਹੁਣ ਉੱਥੇ ਨਸ਼ਈ ਆ ਗਏ ਕਲੇ ਹਾਂਜੀ ਜੋ ਬਾਬਾ ਜਿਹੜੇ ਮਤਲਬ ਸੋਚੇ ਕੋਲ ਪਿੱਛੇ ਕੋਲ ਟਾਈਮ ਹੋਇਆ ਨਾ ਦਾ ਯਾਰਾਂ ਦਾ ਹਾਂਜੀ ਤੇ ਗਸ਼ਤ ਚੜੀ ਸੀ ਪੁਲਿਸ ਅੱਛਾ ਪੁਲਿਸ ਗੱਡੀ ਆ ਗਈ ਉਹਨਾਂ ਦਾ ਮੇਰੇ ਬਾਬਾ ਉਹ ਆਉਂਦੀ ਪਈ ਜੀ ਅੱਜ ਬਲਾਂਕ ਆਈ ਤੇ ਹੁਣ ਇਹਨੂੰ ਜਾਵਣ ਨਹੀਂ ਦੇ ਦੇਣਾ ਜਾਵਣ ਨਾ ਦਿਆ ਹੁਣ ਅੱਗੋਂ ਦੀ ਉਖਲੇ ਅੱਛਾ ਸਟੀਆਂ ਮੇਰਾ ਬਾਬਾ ਕੱਢ ਦੀਵਾਰ ਬੁਲਾਜੇ ਖੱਚ ਦੀ ਖੱਚ ਨਾ ਹੋਣ ਤਾਂ ਇਹ ਤਾਂ ਹੈ ਦੂਸਰਾ ਹੈਗੇ ਨਾ ਦੂਜੇ ਨਸ਼ਈ ਅੱਛਾ ਨਸ਼ਈ ਬਾਬਾ ਜੀ ਕੱਢ ਦਿਵਾ ਜੀ ਕੁਝ ਹੈਗਾ ਜੀ ਅੱਛਾ ਜੀ ਆਖੇ ਮੇਰਾ ਬਾਬਾ ਇਹਦੇ ਕੋਲ ਹਰ ਸ਼ੇ ਕੱਢ ਲੋ ਕੋਲ ਸੁਣਾਓ ਬਾਬਾ ਜੀ ਇੱਕ ਬੋਲਿਆ ਕੀ ਬਣਿਆ ਉਹ ਦੂਜਾ ਬੋਲਿਆ ਤੇ ਕਰਦਾ ਬਾਬਾ ਗੱਲ ਲੈ ਹੋਰ ਤੇ ਸਭ ਕੁਝ ਠੀਕ ਹੈ ਹਾਂਜੀ ਪਰ ਜਿਹੜੇ ਕਹਿੰਦੇ ਨੇ ਆਪਣੀਆਂ ਬੰਦੂਕਾਂ ਹਾਂਜੀ ਉਹ ਦੀਏ ਆ ਪੁਲਿਸ ਵਾਲੇ ਜਿਹੜੇ ਨੇ ਆਪਣੀਆਂ ਬੰਦੂਕਾਂ ਚੁੱਪ ਗਏ ਹਾਂਜੀ ਹੋਰ ਸਭ ਕੁਝ ਠੀਕ ਹੈ ਤੇ ਬੰਦੂਕਾਂ ਆਪਣੇ ਜਿਹੜੇ ਨੇ ਨਾ ਉਹ ਪੁਲਿਸ ਵਾਲੇ ਜਿਹੜੇ ਨੇ ਉਹ ਚੁੱਪ ਗਏ ਨੇ ਚੁੱਪ ਗਏ ਨੇ ਉਹ ਇਸੇ ਤਰ੍ਹਾਂ ਇੱਕ ਹੋਰ ਨਤੀ ਹੋਇਆ ਛੋਟਾ ਜਿਹਾ ਹਾਂਜੀ ਬਈ ਉਹ ਬੰਦਾ ਸੀ ਅੱਛਾ ਫਕੀਰ ਅੱਛਾ ਉਹ ਹੁਣ ਗਿਆ ਚਲਾ ਤੇ ਕਿਸੇ ਬੰਦੇ ਨੂੰ ਜਾ ਕੇ ਤੇ ਸਦਾ ਕਰਦਾ ਵੀ ਮੈਨੂੰ ਕੋਈ ਰਾਏ ਮੌਲਾ ਦੇ ਅੱਲਾ ਵਾਸਤੇ ਦੇ ਮੈਨੂੰ ਕੋਈ ਹਾਂਜੀ ਉਹ ਹੁਣ ਬੰਦਾ ਬੋਲ ਕੇ ਰੁਕਿਆ ਨਾ ਟਮਾਟਰ ਖਾਓ ਟਮਾਟਰ ਖਾਓ ਅੱਛਾ ਟਮਾਟਰ ਖਾਓ ਟਮਾਟਰ ਖਾਓ ਅੱਛਾ ਉਹ ਤੇ ਬੋਲਿਆ ਫਕੀਰ ਨੇ ਕਿਹਾ ਮੋਤੀਆਂ ਲੈ ਟਮਾਟਰ ਤਾਂ ਮੈਂ ਖਾ ਲਾਂਗਾ ਅੱਗੇ ਵੀ ਖਾਂਦੇ ਰਹਿੰਦੇ ਤੇ ਬੜੇ ਖਾਂਦੇ ਨੇ ਹਾਂਜੀ ਤੇ ਹੋਰ ਖਾ ਲਾਂਗੇ ਟਮਾਟਰ ਪਰ ਸਾਨੂੰ ਕੁਰਾਏ ਬੋਲਾ ਦੇ ਹੋਰ ਤੇਰੇ ਕੋਲ ਆ ਕੋਈ ਸ਼ਾਇਦ ਦੇ ਉਹ ਫਿਰ ਉਹਨੂੰ ਆਂਦਾ ਟਮਾਟਰ ਖਾਓ ਟਮਾਟਰ ਖਾਓ ਟਮਾਟਰ ਖਾਓ ਉਹ ਇਹਨੇ ਕਰਦਾ ਕਰਦਾ ਕੋਈ ਪੈਦਾ ਹੋ ਗਿਆ ਉਹਨੂੰ ਖੜੇ ਅੱਛਾ ਮੈਂ ਤਾਂ ਅੱਗ ਭਾਗ ਕੇ ਤੁਰ ਪਿਆ ਹਾਂਜੀ ਜੇ ਤੁਰ ਪਿਆ ਲੱਗੋ ਇੱਕ ਬੰਦਾ ਟਕਰਾ ਤੇ ਉਹਨੂੰ ਪੁੱਛਿਆ ਉਹਨੇ ਕਹਾ ਭਾਈ ਭਾਈ ਸਾਹਿਬ ਗੱਲ ਇਹ ਵੀ ਮੈਂ ਜਿਹੜਾ ਆਹ ਬੰਦਾ ਹੈ ਨਾ ਹਾਂਜੀ ਇਹਨੇ ਕੋਈ ਕੈਂਡਾ ਖੜਾ ਰਿਹਾ ਤੇ ਦਿੱਤਾ ਉਹਨੇ ਮੈਨੂੰ ਕੁਛ ਵੀ ਨਹੀਂ ਤੇ ਇਹ ਮੈਨੂੰ ਆ ਰਿਹਾ ਟਮਾਟਰ ਖਾਓ ਟਮਾਟਰ ਖਾਓ ਟਮਾਟਰ ਖਾਓ ਕਿੰਨੇ ਕੁ ਮਕਾਵਾ ਟਮਾਟਰ ਉਹ ਕੋ ਬੋਲਿਆ ਤੇ ਕਰਦਾ ਚਵਲ ਜਾਣ ਗਿਆ ਤੈਨੂੰ ਪਤਾ ਹੀ ਕਾਹੀ ਨਹੀਂ ਓਏ ਉਹਦੇ ਸ਼ੋ ਦਾ ਤੋਤਲਾ ਏ ਉਹ ਪਿਆਂਦਾ ਯਾ ਵੀ ਕਮਾ ਕਰ ਖਾਓ ਅੱਛਾ ਕਮਾ ਕਰ ਖਾਓ ਤੈਨੂੰ ਮਲੂਮ ਹੁੰਦਾ ਵੀ ਜਿਵੇਂ ਦਾ ਟਮਾਟਰ ਖਾਓ ਉਹ ਕਹਿੰਦਾ ਕਮਾ ਕਰ ਖਾਓ ਹਾਂਜੀ ਉਹ ਇਹ ਰਤੀ ਵਾਦੀ ਠੀਕ ਹੈ ਤੇ ਠੀਕ ਹੈ ਫਿਰ ਹੁਣ ਜਾ ਚਲੀਏ ਹਾਂਜੀ ਠੀਕ ਹੈ ਜੀ ਪਾਕਿਸਤਾਨ ਜ਼ਿੰਦਾਬਾਦ।